ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ। ਮੈਂ ਨਿਤਿਕਾ ਲੈ ਕੇ ਹਾਜ਼ਰ ਹਾਂ ਖਬਰਨਾਮਾ ਤੇ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਸੁਰਖੀਆਂ ਤੇ। ਜੰਗਲਾਤ ਵਿਭਾਗ ਦੇ ਕੱਚੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਮੰਤਰੀ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ। ਰੰਜਿਸ਼ ਦੇ ਚੱਲਦਿਆਂ ਤਿੰਨ ਵਿਅਕਤੀਆਂ ਵੱਲੋਂ ਦੇਰ ਰਾਤ ਚਾਕੂਆਂ ਨਾਲ ਕੀਤਾ ਗਿਆ ਇੱਕ ਦਾ ਕਤਲ। ਆਰੋਪੀਆਂ ਖਿਲਾਫ਼ ਕੀਤਾ ਗਿਆ ਮਾਮਲਾ ਦਰਜ। ਬਟਾਲਾ ਧਮਾਕੇ ਦੇ ਪੀੜਤਾਂ ਨੂੰ ਮਿਲੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ। ਘਟਨਾ ਸੰਬੰਧੀ ਪ੍ਰਸ਼ਾਸਨ ਨੂੰ ਠਹਿਰਾਇਆ ਜ਼ਿੰਮੇਵਾਰ। 1000 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਗ੍ਰਿਫ਼ਤਾਰ। ਨਾਲ ਹੀ ਪੁਲਿਸ ਨੇ ਆਰੋਪੀਆਂ ਖਿਲਾਫ਼ ਕੀਤਾ ਮਾਮਲਾ ਦਰਜ। ਭਿੱਖੀਵਿੰਡ ਦੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਦੇ ਪੋਤਰੇ ਮਨਦੀਪ ਸਿੰਘ ਦੇ ਘਰ ਤੇ ਹੋਈ ਫਾਇਰਿੰਗ। ਭਿੱਖੀਵਿੰਡ ਪੁਲਿਸ ਨੇ 4 ਵਿਅਕਤੀਆਂ ਸਮੇਤ 3 ਅਣਪਛਾਤੇ ਤੇ ਲੋਕਾਂ ਖਿਲਾਫ਼ ਕੀਤਾ ਮਾਮਲਾ ਦਰਜ। ਹੁਣ ਖ਼ਬਰਾਂ ਵਿਸਤਾਰ ਨਾਲ। ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਏ 2.5 ਸਾਲ ਦਾ ਸਮਾਂ ਹੋ ਚੁੱਕਾ, ਪਰ ਜੰਗਲਾਤ ਵਿਭਾਗ ਦੇ ਕੱਚੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਮੰਤਰੀ ਖਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਭਾਵੇਂ ਕਿ ਅਕਾਲੀ ਸਰਕਾਰ ਵੱਲੋਂ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ, ਪਰ ਕਾਂਗਰਸ ਸਰਕਾਰ ਨੇ ਉਸ ਤੋਂ ਗੌਰ ਹੀ ਨਹੀਂ ਕੀਤੀ। ਜਿਸ ਰੋਸ ਵਜੋਂ ਕੱਚੇ ਕਰਮਚਾਰੀਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਦੀ ਰਿਹਾਇਸ਼ ਦੇ ਅੱਗੇ ਰੋਸ ਜ਼ਾਹਰ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਮੰਤਰੀ ਦੀ ਕੋਠੀ ਅੱਗੇ 28 ਅਤੇ 29 ਸਤੰਬਰ ਨੂੰ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੱਗੇ ਜਾ ਕੇ ਵੱਡਾ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਮੈਂ ਜੀ ਬਲਬੀਰ ਸਿੰਘ ਸੀਵੀਆਂ, ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦਾ ਸੂਬਾ ਜਨ ਸਕੱਤਰ ਹਾਂ। ਅਸੀਂ ਅੱਜ ਵਣ ਮੰਤਰੀ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਸਾਡੀਆਂ ਜਾਇਜ਼ ਹੀ ਮੰਗਾਂ ਵੀ ਉਹਦੇ 'ਚ ਇਹ ਆ ਵੀ ਸਾਡੇ ਜਿਹੜੇ ਕੱਚੇ ਵਰਕਰ ਆ ਉਹ ਪੰਜਾਬ ਸਰਕਾਰ ਨੇ ਪਿਛਲੀ ਨੇ 31/11/16 ਤੱਕ ਜਿਹੜਾ 3 ਸਾਲ ਦਾ ਨੋਟੀਫਿਕੇਸ਼ਨ ਕੀਤਾ ਸੀਗਾ ਉਹਦੇ 'ਤੇ ਵੀ ਹਜੇ ਤੱਕ ਇਹਨਾਂ ਨੇ ਕੋਈ ਅਮਲ ਨਹੀਂ ਕੀਤਾ ਗਾ। 2.5 ਸਾਲ ਤੋਂ ਉੱਤੇ ਸਰਕਾਰ ਲੰਘਣ ਵਾਲੀ ਆ। ਅਤੇ ਦੂਜਾ ਇਹ ਆ ਵੀ ਜੇ ਅਸੀਂ ਮੀਟਿੰਗ ਮੰਗਦੇ ਹਾਂ ਮੰਤਰੀ ਸਾਹਿਬ ਤੋਂ ਤਾਂ ਇਹਨਾਂ ਨੇ ਸਾਡੀ ਅਜੇ ਤੱਕ ਗੱਲ ਹੀ ਨਹੀਂ ਸੁਣੀਗੀ। ਅਸੀਂ ਧਰਨੇ ਵੀ ਲਾ ਕੇ ਵੇਖੇ, ਜੇ ਅਸੀਂ ਧਰਨਾ ਲਾਉਣੇ ਆ ਇੱਥੇ ਤਾਂ ਸਾਨੂੰ ਮੰਤਰੀ ਸਾਹਿਬ ਕਹਿ ਦਿੰਦੇ ਆ ਵੀ ਤੁਸੀਂ ਉੱਥੇ ਚੰਡੀਗੜ੍ਹ ਆ ਜਾਓ ਅਤੇ ਆ ਕੇ ਮੇਰੇ ਨਾਲ ਗੱਲ ਕਰ ਲਓ। ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਜਿਹੜੀਆਂ ਮੇਨ ਮੰਗਾਂ ਉਹ ਸਾਡੇ ਜਿਹੜੇ ਚੀਫ ਸਾਹਿਬ ਆ ਚੰਡੀਗੜ੍ਹ ਉਹਦੇ ਵਿੱਚ ਸਾਡੇ ਜਿੰਨੀ ਵੀ ਅਫਸਰ ਲੋਬੀ ਆ ਉੱਥੇ ਸਾਡੀ ਜਿਹੜੀ ਆ ਮੀਟਿੰਗ ਕਰਾਈ ਜਾਵੇ, ਨਾਲ ਹੀ ਸਾਡਾ ਜਿਹੜਾ ਲੇਬਰ ਕਮਿਸ਼ਨ ਚੰਡੀਗੜ੍ਹ ਆ ਉਹ ਵੀ ਵਿੱਚ ਬੈਠੇ, ਕਿਉਂਕਿ ਜਿਹੜੀ ਸਾਡੀ ਤਨਖਾਹ ਵੱਧਦੀ ਆ ਉਹਦੇ 'ਚ ਵਾਧਾ ਤਾਂ ਹੁੰਦਾ ਥੋੜ੍ਹਾ ਹੀ, ਤਾਂ ਸਾਡੇ ਜਿਹੜੇ ਅਫਸਰ ਆ ਉਹ ਸਾਨੂੰ ਬੜਾ ਰੋਲਦੇ ਆ। ਜਦੋਂ ਚਿੱਠੀ ਨਿਕਲ ਜਾਂਦੀ ਉੱਪਰੋਂ ਤਾਂ 4-4 ਮਹੀਨੇ ਜਿਹੜੀ ਸਾਡੀ ਤਨਖਾਹ ਜਿਹੜੀ ਆ ਉਹ ਵੀ ਲਾਗੂ ਨਹੀਂ ਹੁੰਦੀ ਗੀ। ਇੱਕ ਸਾਡੀ 7,000-8,000 ਰੁਪਇਆ ਤਨਖਾਹ ਲੈਣ ਵਾਲੇ ਬੰਦੇ ਹਾਂ ਅਸੀਂ, ਅਤੇ ਲਗਾਤਾਰ ਅਸੀਂ ਕੰਮ ਕਰਨ ਵਾਲੇ ਬੰਦੇ ਹਾਂ। ਅਤੇ ਦੂਜਾ ਇਹ ਆ ਵੀ ਹੁਣ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਹੁਤ ਬੂਟੇ ਵੰਡੇ ਆ, ਬੂਟੇ ਵੰਡਤੇ ਆ, ਅਤੇ ਅਸੀਂ ਮੰਗ ਕਰਦੇ ਸੀਗੇ ਵੀ ਇੱਥੇ ਜਿਹੜਾ ਬੂਟਾ ਲਾਉਣਾ ਮੰਤਰੀ ਸਾਹਿਬ ਨੇ ਐਤਕੀ ਉਹਦੇ ਵਿੱਚ ਸਾਡੇ ਜਿਹੜੇ ਜਿੰਨੇ ਵੀ ਜੰਗਲਾਤ ਵਰਕਰ ਆ ਉਹ ਪੱਕੇ ਕੀਤੇ ਜਾਣ, ਕਿਉਂਕਿ ਜੇ ਗੁਰੂ ਨਾਨਕ ਦੇਵ ਜੀ ਨੂੰ ਇਹ ਮੰਨਦੇ ਹੀ ਆ ਸਰਕਾਰ ਆ ਤਾਂ ਇੱਕ ਪਾਸੇ ਭਾਈ ਲਾਲੋ ਆ ਅਤੇ ਦੂਜੇ ਪਾਸੇ ਮਲਕ ਭਾਗੋ ਆ। ਅਸੀਂ ਉਹ ਕੈਟਾਗਰੀ ਹਾਂ ਜਿਹਦੇ ਵਿੱਚ ਅਸੀਂ ਭੁੱਖੇ ਰਹਿ ਕੇ ਵੀ ਕੰਮ ਕਰਦੇ ਹਾਂ, ਕਿਉਂਕਿ ਸਾਨੂੰ ਲਗਾਤਾਰ ਕਈ ਵਾਰੀ 6-6 ਮਹੀਨੇ ਤਨਖਾਹਾਂ ਨਹੀਂ ਮਿਲਦੀਆਂ। ਨਾਭਾ ਬਲਾਕ ਦੇ ਪਿੰਡ ਬਾਬਰਪੁਰ ਦੇ ਨਜ਼ਦੀਕ ਗੁਰਮੀਤ ਸਿੰਘ ਦਾ 3 ਵਿਅਕਤੀਆਂ ਵੱਲੋਂ ਅੰਨੇਵਾਹ ਚਾਕੂਆਂ ਨਾਲ ਕਤਲ ਕਰ ਦਿੱਤਾ ਗਿਆ ਅਤੇ ਮ੍ਰਿਤਕ ਦੀ ਗਰਦਨ ਅਤੇ ਦੋਹਾਂ ਬਾਹਾਂ ਤੇ ਚਾਕੂਆਂ ਨਾਲ ਵਾਰ ਕੀਤੇ ਗਏ। ਪੁਲਿਸ ਮੁਤਾਬਕ ਗੁਰਮੀਤ ਸਿੰਘ ਦੇ ਇਹਨਾਂ ਵਿਅਕਤੀਆਂ ਨਾਲ ਆਪਸ ਵਿੱਚ ਰੰਜਿਸ਼ ਦੱਸੀ ਜਾ ਰਹੀ ਸੀ, ਪਰ ਹੈ ਇਹ ਰੰਜਿਸ਼ ਇੰਨੀ ਭਿਆਨਕ ਹੋਵੇਗੀ ਤਾਂ ਪਰਿਵਾਰ ਨੂੰ ਵੀ ਨਹੀਂ ਸੀ ਪਤਾ। ਮ੍ਰਿਤਕ ਗੁਰਮੀਤ ਦੀ ਲਾਸ਼ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਰੱਖ ਦਿੱਤਾ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਰਾਸਤੇ ਵਿੱਚ ਹੀ ਇਸ ਨੂੰ ਘਰ ਘੇਰ ਕੇ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਜਿਸਨੇ ਵੀ ਇਹ ਸਭ ਕੀਤਾ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਇਸ ਮੌਕੇ ਤੇ ਥਾਣਾ ਭਾਦਸੋਂ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਦਾ ਕਤਲ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਅਤੇ ਇਹਨਾਂ ਦੇ ਪਰਿਵਾਰ ਮੁਤਾਬਕ 3 ਵਿਅਕਤੀਆਂ ਨੇ ਕਤਲ ਕੀਤਾ ਅਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾ ਕੇ ਭੇਜ ਦਿੱਤੀਆਂ ਗਈਆਂ ਹਨ ਅਤੇ ਦੋਸ਼ੀਆਂ ਖਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਗੁਰਮੀਤ ਸਿੰਘ ਸਨ ਆਫ ਗੁਰਦੇਵ ਸਿੰਘ, ਪਿੰਡ ਟੋਡਰਵਾਲ ਦਾ ਰਹਿਣ ਵਾਲਾ ਬੰਦਾ, 40-45 ਸਾਲ ਦੀ ਉਮਰ ਹੈ ਕਰੀਬ, ਅਤੇ ਇਹਦੀ ਲਾਸ਼ ਉੱਥੇ ਮਿਲੀ ਸੀਗੀ ਜਿਹੜਾ ਟੋਡਰਵਾਲ ਕੋਲ ਸੂਆ ਜਾਂਦਾ ਉੱਥੇ, ਦੇ 3 ਵਾਰ ਹੋਏ ਹੋਏ ਸੀਗੇ, 2 ਰਿਸਟ ਦੇ ਉੱਤੇ, ਖੱਬੀ ਅਤੇ ਸੱਜੀ ਉੱਤੇ ਅਤੇ 1 ਗਰਦਨ ਉੱਤੇ ਹੋਇਆ ਹੋਇਆ ਸੀਗਾ। ਇਹ ਉਹ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ, ਸਾਰੇ ਐਂਗਲ ਦੇਖੇ ਜਾਣਗੇ ਵੀ ਕਿੱਥੇ ਕੀ ਹੋਇਆ। ਨਹੀਂ, ਹਾਲੇ ਕੋਈ ਚੀਜ਼ ਨਹੀਂ ਰਿਕਵਰ ਹੋਈ ਜੀ। ਇਹ ਫੈਕਟਰੀ ਦੇ ਵਿੱਚ ਲੱਗਿਆ ਹੋਇਆ ਸੀ ਬੰਦਾ।
ਇਹਦੇ ਲੜਕੇ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਆ ਥਾਣਾ ਭਾਦਸੋਂ ਦੇ ਵਿੱਚ। ਅਤੇ ਉਹਨੇ ਇੱਕ ਸ਼ਮਿੰਦਰ ਸਿੰਘ ਸ਼ੈਰੀ ਨਾਂ ਦੇ ਲੜਕੇ ਉੱਤੇ ਉਹ ਕਹਿੰਦਾ ਵੀ ਮੈਂ ਜਦੋਂ ਉੱਧਰੋਂ ਆ ਰਿਹਾ ਸੀਗਾ ਤਾਂ ਮੈਂ ਦੇਖਿਆ ਵੀ ਇਹ ਮੇਰੇ ਪਿਓ ਉੱਤੇ ਵਾਰ ਕਰ ਰਹੇ, ਜਦੋਂ ਮੈਂ ਆ ਕੇ ਰੌਲਾ ਪਾਇਆ ਤਾਂ ਮੈਨੂੰ ਦੇਖ ਕੇ ਨੱਠ ਗਿਆ ਉੱਥੋਂ। ਅਕਾਲੀ ਨੇਤਾ ਬੱਬੇ ਹਾਲੀ ਨੇ ਹਸਪਤਾਲ ਤੇ ਘਟਨਾ ਸਥਾਨ ਦਾ ਦੌਰਾ ਕੀਤਾ, ਯਾਨੀ ਕਿ ਉਹਨਾਂ ਨੇ ਬਟਾਲਾ ਦੇ ਜਿਹੜੇ ਬਲਾਸਟ ਹੋਇਆ ਸੀ, ਜਿੱਥੇ ਧਮਾਕਾ ਹੋਇਆ ਸੀ, ਉਸ ਘਟਨਾ ਸਥਾਨ ਦਾ ਵੀ ਅਤੇ ਨਾਲ ਹੀ ਪੀੜਤਾਂ ਨੂੰ ਹਸਪਤਾਲ ਦੇ ਵਿੱਚ ਉਹ ਮਿਲਣ ਗਏ ਅਤੇ ਇਸ ਦੇ ਨਾਲ ਉਹਨਾਂ ਨੇ ਘਟਨਾ ਦੇ ਸੰਬੰਧਿਤ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਹਨਾਂ ਨੇ ਨਾਲ ਹੀ ਮੁਆਵਜ਼ਾ ਰਾਸ਼ੀ ਵਧਾਉਣ ਨੂੰ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ। ਭੁਪਿੰਦਰ ਸਿੰਘ ਇੱਥੇ ਉਹਦੀ ਜੁਡੀਸ਼ੀਅਲ ਪੈਂਦੀ ਆ, ਉਹਦੇ ਖਿਲਾਫ਼ ਪ੍ਰਚਾਰ ਦਰਜ ਹੋਣਾ ਚਾਹੀਦਾ, ਕਿਉਂਕਿ ਇਹ ਵੱਡੇ ਅਫਸਰਾਂ ਨੂੰ ਛੋਟੇ ਅਫਸਰਾਂ ਨੂੰ ਦੱਸਣਾ ਹੁੰਦਾ ਉੱਥੇ ਆਹ ਗੱਲ ਚੱਲਦੀ ਆ, ਉੱਥੇ ਨਜਾਇਜ਼ ਆ। ਜੇ ਉਹਨੇ ਕੋਈ ਰਿਪੋਰਟ ਕੀਤੀ ਆ ਇਹ ਅਫਸਰ ਨੂੰ ਵੱਡੇ ਨੇ, ਤਾਂ ਫਿਰ ਅਫਸਰ ਵੱਡਾ ਜਿਹੜਾ ਉਹ ਜ਼ਿੰਮੇਵਾਰ ਆ। ਅਤੇ ਜੇ ਉਹਨੇ ਰਿਪੋਰਟ ਹੀ ਨਹੀਂ ਕੀਤੀ ਉਹਦੇ ਸ਼ਹਿਰ 'ਚ ਕੀ ਕੁਛ ਹੋ ਰਿਹਾ ਜਿਹੜਾ ਐਡਾ ਵੱਡਾ ਬਰੂਦ ਇੱਥੇ ਜਮ੍ਹਾਂ ਹੋਇਆ ਹੈ, ਅਤੇ ਭੁਪਿੰਦਰ ਸਿੰਘ ਯੂ ਜਿਹੜਾ ਉਹਦੇ ਖਿਲਾਫ਼ ਕਾਰਵਾਈ ਹੋਣੀ ਸੀ ਪ੍ਰਚਾਰ ਤੇ। ਬਬੇਆਲ ਸਾਹਿਬ ਸਰਕਾਰ ਅਕਾਲੀ ਦਾ ਤਾਂ ਚੱਲ ਕੋਈ ਨਹੀਂ, ਤੁਹਾਡੀ ਸਰਕਾਰ ਤੁਹਾਡੀ ਜਦੋਂ ਇਨਕੁਆਰੀ ਹੋਈ, ਇਨਕੁਆਰੀ ਜਿਹੜਾ ਵੀ ਅਫਸਰ ਇਹਦੇ ਵਿੱਚ ਜ਼ਿੰਮੇਵਾਰ ਹੋਣਾ ਚਾਹੀਦਾ, ਪਰ ਜਿਹੜਾ ਹੁਣ ਮੌਕੇ 'ਤੇ ਆ 2 ਸਾਲ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਸੰਬੰਧੀ ਥਾਣਾ ਮੁਖੀ ਹਰਚਰਨ ਸਿੰਘ ਨੇ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਵਿੱਢੀ ਹੋਈ ਮੁਹਿੰਮ ਤਹਿਤ ASI ਸਾਹਿਬ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ, ਜਿਨ੍ਹਾਂ ਦੀ ਪਹਿਚਾਣ ਸਾਰਸ ਸਿੰਘ ਉਰਫ ਰਿੰਕੂ ਪੁੱਤਰ ਗੁਰਾ ਸਿੰਘ ਵਾਸੀ ਆਸੜ ਉਤਾੜ ਅਤੇ ਸ਼ਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਜੋਤ ਸਿੰਘ ਵਾਲਾ ਵਜੋਂ ਹੋਈ ਹੈ ਅਤੇ ਤਲਾਸ਼ੀ ਲੈਣ 'ਤੇ ਸਾਰਾਜ ਕੋਲੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਦਕਿ ਸ਼ਿੰਦਰ ਕੋਲੋਂ 750 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਮੁਖੀ ਹਰਚੰਦ ਸਿੰਘ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਦੱਸਿਆ ਕਿ ਇਹ ਨਸ਼ੀਲੀਆਂ ਗੋਲੀਆਂ ਉਹਨਾਂ ਡਾਕਟਰ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਆਸਲ ਉਤਾੜ ਤੋਂ ਖਰੀਦੀਆਂ ਹਨ ਅਤੇ ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਡਾਕਟਰ ਗੁਰਮੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਦਾ ਬੜਾ ਵੱਡਾ ਨੈੱਟਵਰਕ ਸੀਗਾ, ਇਹ ਟਰੋਮਾਡੋਲ ਦੀਆਂ ਅਤੇ ਹੋਰ ਕਿਸਮ ਦੀਆਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਵਾ ਇਹ ਵੇਚਦੇ ਸੀਗੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ਿੰਦਰ ਪੁੱਤਰ ਸੁੱਚਾ ਸਿੰਘ ਵਾਸੀ ਜੋਤ ਸਿੰਘ ਵਾਲਾ ਨੂੰ, ਫਿਰ ਉਸਦੇ ਰਿੰਕੂ ਪੁੱਤਰ ਗੁਰਾ ਸਿੰਘ ਜਿਹੜਾ, ਇਹਨਾਂ ਨੂੰ 1000 ਨਸ਼ੀਲੀ ਗੋਲੀ ਸਮੇਤ ਕਾਬੂ ਕੀਤਾ ਸੀ। ਅਤੇ ਇਹਨਾਂ ਨੇ ਮੁੱਢਲੀ ਪੁੱਛਗਿੱਛ ਦੇ ਵਿੱਚ ਹੀ ਦੱਸਿਆ ਕਿ ਅਸੀਂ RMP ਡਾਕਟਰ ਗੁਰਮੀਤ ਸਿੰਘ ਵਾਸੀ ਆਸਲ, ਜਿਹੜਾ ਕਿ ਪਹਿਲਾਂ ਹੀ NDPS ਐਕਟ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਕੇ ਅਤੇ ਆਇਆ ਹੀ ਆ, ਜੇ ਆਏ ਨੂੰ ਥੋੜ੍ਹਾ ਚਿਰ ਹੀ ਹੋਇਆ ਵਾ, ਕੋਈ ਕਰੀਬ 6-7 ਮਹੀਨੇ, ਅਤੇ ਉਹਨੇ ਆਉਂਦਿਆਂ ਹੀ ਫਿਰ ਵੱਡੇ ਪੱਧਰ ਦੇ ਉੱਤੇ ਸਪਲਾਈ ਸ਼ੁਰੂ ਕਰਤੀ ਸੀ ਅਤੇ ਉਹ ਇਹਨਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਉਹਨੂੰ ਅਸੀਂ ਮੁਕਦਮੇ ਦੇ ਵਿੱਚ 29 NDPS ਐਕਟ ਦੇ ਵਿੱਚ ਨੋਮੀਨੇਟ ਕੀਤਾ ਵਾ, ਕਿਉਂਕਿ ਉਹ ਬੰਦਾ ਜਿਹੜਾ ਪਹਿਲਾਂ ਹੀ NDPS ਐਕਟ ਦੇ ਵਿੱਚ ਸਜ਼ਾ ਭੁਗਤ ਕੇ ਆਇਆ ਵਾ। ਅਤੇ ਜਿਹੜੀ ਹੁਣ ਨਵੀਂ ਪ੍ਰੋਵੀਜ਼ਨ ਆਈ ਆ ਉਹਦੇ ਮੁਤਾਬਕ ਅਸੀਂ 31A NDPS ਐਕਟ ਦੇ ਵਿੱਚ ਵਾਧਾ ਜੁਰਮ ਕਰਨ ਜਾ ਰਹੇ ਹਾਂ, ਜਦੋਂ ਉਹਨੂੰ ਅਰੈਸਟ ਕਰ ਲਾਂਗੇ ਫਿਲਹਾਲ ਉਹ ਭਗੌੜਾ ਕਰੋ। ਇਹ ਵੀ ਇੱਕ ਬਹੁਤ ਵੱਡਾ ਨੈੱਟਵਰਕ ਸੀ ਜਿਹੜਾ ਅਸੀਂ ਇਹਦੇ ਤੋਂ ਅਗਾਂਹ ਪੁੱਛਗਿੱਛ ਕਰਕੇ ਅੰਮ੍ਰਿਤਸਰ ਤੱਕ ਪਹੁੰਚਾਂਗੇ, ਜਿੱਥੋਂ ਮੇਨ ਸਪਲਾਈ ਹੁੰਦੀ ਹੈ ਬਹੁਤ ਵੱਡੇ ਪੱਧਰ 'ਤੇ, ਜਿੱਥੋਂ ਨਸ਼ੀਲੀਆਂ ਗੋਲੀਆਂ ਤਰਨ ਤਾਰਨ ਅਤੇ ਇਹਦੇ ਨਾਲ ਲੱਗਦੇ ਹੋਰ ਡਿਸਟ੍ਰਿਕਟਾਂ 'ਚ ਸਪਲਾਈ ਹੁੰਦੀ ਹੈ। ਜ਼ਿਲ੍ਹਾ ਤਰਨ ਤਾਰਨ ਦੀਨੋਂ ਦੇ ਪਿੰਡ ਭਿੱਖੀ ਪਿੰਡ ਵਿਖੇ ਬੀਤੀ ਰਾਤ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਵਸਨ ਸਿੰਘ ਦੇ ਪੋਤਰੇ ਮਨਦੀਪ ਸਿੰਘ ਦੇ ਘਰ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ, ਯਾਨੀ ਕਿ ਲੋਕ ਜਿਹੜੇ ਸੀ ਅਣਪਛਾਤੇ, ਉਹਨਾਂ ਵੱਲੋਂ ਅੰਨੇਵਾਹ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਥਾਣਾ ਭਿੱਖੀ ਪਿੰਡ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਾਂਗਰਸ ਆਗੂ ਮਨਦੀਪ ਸਿੰਘ ਦੇ ਪਿਤਾ ਜਸਵੰਤ ਸਿੰਘ, ਪੁੱਤਰ ਵਸਣ ਸਿੰਘ ਕੌਮ ਜੱਟ ਵਾਸੀ ਨੇ ਦੱਸਿਆ ਕਿ ਉਹ ਭਿੱਖੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸਦੇ ਪਿਤਾ ਪਿੰਡ ਦੀ ਪੰਚਾਇਤ ਦੇ ਸਰਪੰਚ ਰਹੇ ਹਨ ਅਤੇ ਹੁਣ ਉਹਨਾਂ ਦਾ ਲੜਕਾ ਮਨਦੀਪ ਸਿੰਘ ਵੀ ਉਹਨਾਂ ਤੋਂ ਬਾਅਦ ਪਿੰਡ ਦੀ ਨੁਮਾਇੰਦਗੀ ਕਰ ਰਿਹਾ, ਜੋ ਕਿ ਹੁਣ ਪਿੰਡ ਦੀ ਪੰਚਾਇਤ ਦਾ ਮੌਜੂਦਾ ਮੈਂਬਰ ਪੰਚਾਇਤ ਹੈ। ਅਤੇ ਉਹਨਾਂ ਕਿਹਾ ਕਿ ਸਾਡੇ ਪਿੰਡ ਵਿੱਚ ਪੰਚਾਇਤੀ ਇਲੈਕਸ਼ਨ ਦੌਰਾਨ 2 ਧੜ ਬਣ ਗਏ ਸੀ ਅਤੇ ਜਸਵੰਤ ਸਿੰਘ ਨੇ ਕਿਹਾ ਕਿ ਮੇਰੀ ਰੂਹ ਰਣਜੀਤ ਕੌਰ, ਜਿਸ ਦਾ ਐਕਸੀਡੈਂਟ ਹੋਣ ਕਾਰਨ ਅੰਮ੍ਰਿਤਸਰ ਉਹ ਦਾਖਲ ਸੀ, ਜਿਸ ਦੇ ਕੋਲ ਉਹਨਾਂ ਦਾ ਲੜਕਾ ਮਨਦੀਪ ਸਿੰਘ ਗਿਆ ਹੋਇਆ ਸੀ ਅਤੇ ਉਹਨਾਂ ਦੀ ਪਤਨੀ ਅਤੇ ਛੋਟੇ ਬੱਚੇ ਘਰ ਵਿੱਚ ਰੋਟੀ ਖਾ ਕੇ ਚੁਬਾਰੇ 'ਚ ਆਪਣੇ ਕਮਰਿਆਂ ਵਿੱਚ ਸੁੱਤੇ ਪਏ ਸਨ ਕਿ ਰਾਤ ਦੇ ਕਰੀਬ 1:45 ਹੋਣਗੇ ਕਿ ਗੱਡੀ ਜੋ ਸਾਡੀਆਂ ਬੈਕਾਂ ਵਾਲੀ ਲਿੰਕ ਰੋਡ 'ਤੇ ਕੋਠੀ ਦੇ ਸਾਹਮਣੇ ਰੁਕੀ ਤਾਂ ਉਸ ਵਿੱਚੋਂ ਸਵਾਰ ਵਿਅਕਤੀ ਜਿਹੜੇ ਨੇ ਉਹਨਾਂ ਨੇ ਪਹਿਲਾਂ ਛੋਟੇ ਹਥਿਆਰ ਨਾਲ ਫਾਇਰ ਕੀਤੇ ਅਤੇ ਜਦੋਂ ਕਮਰੇ ਦੀ ਲਾਈਟ ਜਗਾ ਕੇ ਵੇਖਿਆ ਗਿਆ ਤਾਂ ਸੜਕ 'ਤੇ 4 ਵਿਅਕਤੀ ਗੱਡੀ 'ਚੋਂ ਬਾਹਰ ਨਿਕਲੇ ਅਤੇ ਉਹਨਾਂ ਨੂੰ ਉੱਚੀ ਉੱਚੀ ਗਾਲਾਂ ਕੱਢਣ ਲੱਗ ਅਤੇ ਸਿੱਧਾ ਚੈਲੰਜ ਕੀਤਾ ਕਿ ਜੇਕਰ ਉਹਨਾਂ ਦੇ ਲੜਕੇ ਵਿੱਚ ਹਿੰਮਤ ਹੈ ਤਾਂ ਉਹ ਹੇਠਾਂ ਆਵੇ ਅਤੇ ਇੰਨੇ ਨੂੰ ਉਹ ਸਭ ਵੇਖ ਕੇ ਉਹਨਾਂ ਬਾਰੀ ਬੰਦ ਕਰ ਲਈ ਅਤੇ ਇਹਨਾਂ ਵਿਅਕਤੀਆਂ ਨੇ ਆਪਣੇ ਹਥਿਆਰਾਂ ਨਾਲ ਮਾਰ ਦੇਣ ਦੀ ਨੀਅਤ ਨਾਲ
सीधे फायर मेरे वाल नूं बारी विच मारे, यह उन्हां दा कहना सी। जो कि पंज फायर बारी विच अते कंध विच लगे। वजह रंजिश यह है कि पंचायती चोणां विच उन्हां दे धड़े की हार हुई सी। इस हार का बदला लैण वास्ते उक्त व्यक्तियों ने एक सलाह होकर उन्हां दे घर वाल मारन की नीयत नाल फायर करके हमला किया। भिखीवेड़ दी पुलिस ने जसवंत सिंह की शिकायत के आधार पर गुरलाल सिंह पुत्र इंद्रप्रीत सिंह उर्फ ईटू वासी भिखीवेंड, जरनैल सिंह पुत्र प्रताप सिंह उर्फ फौजी, हरपाल सिंह पुत्र दिलबाग सिंह वासियां वाला भिखीवेंड के अणपछाते दो तीन व्यक्तियों खिलाफ 307, 548, 149 IPC 25-27-54 59 असला एक्ट अधीन मामला दर्ज करके अगलेरी कार्रवाई शुरू कर दी है। मेरा नाम है जी, रात 7-8 बंदे आए गड्डिया के, कुछ मोटरसाइकिल उन्होंने को और उत्थे खलो के सड़क के उत्ते पहले उन्हें पिस्तौल दे फायर किए। मैं कल्ला हाँ घर, मनदीप है नहीं, मनदीप की घर का एक्सीडेंट होया ये उत्थे अस्पताल से उसके कोल, तो उत्थे पहले उन्हें पिस्तौल दे फायर करते रहे, फिर 315 के फायर सीधे साड़ी कंध च मारे उन्हें। ਕਿੰਨੇ ਕੁ ਵਜੇ ਦਾ ਅੰਦਾਜ਼ਾ ਟਾਈਮ ਹੋ ਗਿਆ? ਇਹ ਤਕਰੀਬਨ ਰਾਤ 1:30 ਦਾ ਟਾਈਮ ਹੈ। ਅਤੇ ਇਹਦੇ ਸੰਬੰਧ ਦੇ ਵਿੱਚ ਤੁਸੀਂ ਕੋਈ ਥਾਣੇ ਦਰਖਾਸਤ? ਹਾਂਜੀ, ਥਾਣੇ ਦਰਖਾਸਤ ਦਿੱਤੀ ਆ। ਪੁਲਿਸ ਵੱਲੋਂ ਕੀ ਕਾਰਵਾਈ ਜਿਹੜੀ ਉਹ? ਪੁਲਿਸ ਮੌਕੇ 'ਤੇ ਆਈ ਆ, ਰਾਤ ਵੀ ਆਈ ਆ, ਸਵੇਰੇ ਫਿਰ ਆਈ, ਮੌਕਾ ਵੇਖ ਕੇ ਗਈ ਆ। ਬਟਾਲਾ ਬਲਾਸਟ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਚੁੱਕੀਆਂ ਨੇ। ਹੁਣ ਇਸ ਮਾਮਲੇ ਵਿੱਚ ਇੱਕ ਐਫੀਡੈਵਿਟ ਸਾਹਮਣੇ ਆਇਆ, ਜਿਸ ਦੇ ਮ੍ਰਿਤਕ ਪਟਾਕਾ ਫੈਕਟਰੀ ਮਾਲਕ ਜਸਪਾਲ ਸਿੰਘ ਦੁਆਰਾ ਸਾਲ 2017 ਵਿੱਚ ਫੈਕਟਰੀ ਵਿੱਚ ਹੋਈ ਦੁਰਘਟਨਾ ਦੇ ਬਾਅਦ ਮੁਹੱਲਾ ਨਿਵਾਸੀਆਂ ਦੇ ਨਾਲ ਕਰਾਰ ਕੀਤਾ ਗਿਆ ਸੀ ਕਿ ਇੱਥੇ ਪਟਾਕੇ ਬਣਾਉਣ ਦਾ ਕੰਮ ਬੰਦ ਕਰ ਦੇਵੇਗਾ। ਲੇਕਿਨ ਮੌਜੂਦਾ ਹਾਲਾਤ ਸਾਫ਼ ਬਿਆਨ ਕਰ ਰਹੇ ਨੇ ਕਿ ਫੈਕਟਰੀ ਮਾਲਕ ਨੇ ਆਪਣੇ ਲਿਖਿਤ ਬਿਆਨਾਂ ਦੇ ਬਾਅਦ ਵੀ ਉੱਥੇ ਪਟਾਕੇ ਬਣਾਉਣੇ ਜਾਰੀ ਰੱਖੇ ਅਤੇ ਇਸ ਸਭ ਦਾ ਨਤੀਜਾ 23 ਨਿਰਦੋਸ਼ ਲੋਕਾਂ ਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪਿਆ। ਹਾਲਾਂਕਿ ਇਸ ਕਰਾਰਨਾਮੇ 'ਤੇ ਹੱਕ ਦਸਤਖਤ ਕਰਨ ਵਾਲੇ ਲੋਕਾਂ ਤੋਂ ਕੈਮਰੇ 'ਤੇ ਨਹੀਂ ਆਏ, ਪਰ ਲੇਕਿਨ ਬਾਕੀ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਫੈਕਟਰੀ ਮਾਲਕ ਦੁਆਰਾ ਨਿਵਾਸੀਆਂ ਨਾਲ ਲਿਖਤ ਵਿੱਚ ਸਮਝੌਤਾ ਕਰਕੇ ਕੰਮ ਬੰਦ ਕਰਨ ਦਾ ਬੋਲਿਆ ਗਿਆ ਸੀ, ਪਰ ਉਹਨਾਂ ਨਹੀਂ ਕੀਤਾ। ਕਮਲ ਜੀ, ਕੀ ਫੈਸਲਾ ਹੋਇਆ ਸੀ 2 ਸਾਲ ਪਹਿਲਾਂ ਐਫੀਡੇਵਿਟ ਸਾਹਮਣੇ ਆ ਗਏ? ਫੈਸਲਾ ਇਹੀ ਹੋਇਆ ਸੀ ਕਿ ਅਸੀਂ ਇੱਥੇ ਅਸਤਬਾਈ ਸੇਲ ਕਰਾਂਗੇ ਜਾਂ ਬੁਕਿੰਗ ਕਰਾਂਗੇ, ਬਣਾਵਾਂਗੇ, ਪਰ ਇਹ ਮੇਰੇ ਹਿਸਾਬ ਨਾਲ ਇੱਕ ਮਹੀਨਾ ਨਹੀਂ ਲੰਘਿਆ ਦੁਬਾਰਾ ਫਿਰ ਉੱਦਾਂ ਹੀ ਬਣਾਉਣਾ। ਕਿਤੇ ਕਿਤੇ ਨਾ ਉਦੋਂ ਇੱਥੇ ਕਿੰਨੇ ਕੁ ਲੋਕਾਂ ਦਾ ਫੈਸਲਾ ਹੋਇਆ ਸੀ, ਕੌਣ ਸਮਝੌਤਿਆਂ 'ਚ ਬੈਠਾ ਸੀ? ਪਰ ਅਗਰ ਛੋਟੇ ਸਾਰੇ ਇਲਾਕੇ ਵਾਲੇ ਉਦੋਂ ਇਹਨਾਂ ਨੂੰ ਕਹਿੰਦੇ ਸੀ ਅਤੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਿ ਨਹੀਂ ਉਸ ਟਾਈਮ? ਨਹੀਂ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਮਨਦੀਪ ਜੀ, ਤੁਸੀਂ ਵੀ ਉਸ ਸਮਝੌਤੇ 'ਚ ਬੈਠੇ ਸੀ, ਕੀ ਉਦੋਂ ਸਮਝੌਤਾ ਹੋਇਆ ਅਤੇ ਕੀ ਗੱਲਾਂ ਬਾਤਾਂ ਹੋਈਆਂ? ਆਪਣੀ ਸਾਰੀ ਕਲੋਨੀ 'ਤੇ ਬਹਿ ਕੇ ਗੁਰਦੁਆਰਾ ਸਾਹਿਬ ਫੈਸਲਾ ਕੀਤਾ ਸੀ ਕਿ ਇਹ ਇੱਥੇ ਬਣਾਉਣ, ਹਾਂ ਜੇ ਇਹਨਾਂ ਸੇਲ ਕਰਨਾ ਉਹ ਕਰਨਾ, ਬੁਕਿੰਗ ਕਰਨਾ ਜੇ ਬਣਾਉਣਾ ਤਾਂ ਬਾਹਰ ਕਿਤੇ ਖੁੱਲ੍ਹੀ ਜਗ੍ਹਾ 'ਤੇ ਬਣਾਉਣਾ। ਪਰ ਇਹ ਐਸਾ ਰੋਡ ਤੋਂ 7 ਫੁੱਟ ਪਿੱਛੇ ਇਹਨਾਂ ਦੀ ਸ਼ੋਪ ਸੀ, ਅੱਗੇ ਓਪਨ ਏਰੀਆ ਸੀ, ਉਸ ਇੱਥੇ ਇੱਕ ਰੁੱਖ ਲੱਗਾ ਹੁੰਦਾ, ਉਹ ਰੁੱਖ 'ਤੇ ਬੈਠ ਕੇ ਸ਼ਰੇਆਮ ਬਣਾਉਂਦੇ ਸੀ। ਇਹ ਨਹੀਂ ਕਿ ਉਹ ਅੰਦਰ ਵੜ ਕੇ ਬਣਾਉਂਦੇ ਸਨ, ਪ੍ਰਸ਼ਾਸਨ ਦੇ ਸਾਹਮਣੇ ਬਣਦਾ ਸੀ ਰੋਡ ਤੋਂ, ਜਿਹੜਾ ਬੰਦਾ ਨਾਲ ਦੇਖਦਾ ਸੀ ਕਿ ਇੱਥੇ ਸ਼ਰੇਆਮ ਚੀਜ਼ ਬਣਦੀ ਚਾਹੀਦੀ। ਐਫੀਡੇਵਿਟ 'ਚ ਕੀ ਮੰਨਿਆ ਤੁਹਾਡੇ? ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਬੁਕਿੰਗ ਕਰਾਂਗਾ, ਸਾਨੂੰ ਸਿਰਫ ਇਹ ਕਹੋਗੇ ਆਪਾਂ ਬੁਕਿੰਗ ਕਰਾਂਗੇ ਅਤੇ ਸੇਲ ਕਰਾਂਗੇ। ਬਟਾਲਾ ਬਲਾਸਟ ਹਾਦਸੇ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਦੇ MLA ਸਿਮਰਨਜੀਤ ਸਿੰਘ ਬੈਂਸ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਦੇ ਨਾਲ ਤਿੱਖੀ ਨੋਕ ਝੋਕ ਹੋ ਗਈ ਅਤੇ ਡਿਪਟੀ ਕਮਿਸ਼ਨਰ ਦੇ ਨਾਲ ਬਦਤਮੀਜ਼ੀ ਕਰਨ ਦੇ ਆਰੋਪ ਵਿੱਚ ਬੈਂਸ ਉੱਪਰ ਬਟਾਲਾ ਦੇ ਥਾਣੇ ਵਿੱਚ ਕੇਸ ਦਰਜ ਕੀਤਾ। ਬਟਾਲਾ ਪੁਲਿਸ ਦੇ DSP ਸਿਟੀ ਨੇ ਮਾਮਲੇ ਦੇ ਬਾਰੇ ਦੱਸਿਆ ਕਿ ਬੈਂਸ ਦੇ ਅਧਿਕਾਰੀਆਂ ਦੇ ਨਾਲ ਜ਼ਬਰਦਸਤੀ ਕਰਨ ਅਤੇ ਸਰਕਾਰੀ ਕੰਮ ਵਿੱਚ ਅੜੰਗਾ ਪਾਉਣ ਨੂੰ ਲੈ ਕੇ ਨਾਨ ਅਵੇਲੇਬਲ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਕਿੰਨਾ ਧਾਰਾਵਾਂ ਦੇ ਤਹਿਤ ਹੋਇਆ, ਕਿ ਉਸ ਵੀਡੀਓ ਨੂੰ ਵੀ ਆਧਾਰ ਬਣਾਇਆ ਗਿਆ ਜਿਹੜੀ ਵਾਇਰਲ ਹੋਈ ਹੈ? ਇਹ ਜੋ ਅੱਜ ਪੁਲਿਸ ਸਟੇਸ਼ਨ ਸਿਟੀ ਬਟਾਲਾ ਵਿੱਚ ਇੱਕ FIR ਰਜਿਸਟਰ ਹੋਈ ਹੈ 138, ਜੋ SDM ਬਟਾਲਾ ਸ਼੍ਰੀ ਬਲਬੀਰ ਸਿੰਘ ਰਾਜੀ ਹੈ PCS, ਉਹਨਾਂ ਦੀ ਕੰਪਲੇਂਟ 'ਤੇ FIR ਰਜਿਸਟਰ ਕੀਤੀ ਗਈ ਹੈ। ਇਹ FIR ਅੰਡਰ ਸੈਕਸ਼ਨ 186, 353, 451, 177, 147, 505 ਐਂਡ 506 ਇਹ IPC ਦੇ ਸੈਕਸ਼ਨ, ਇਹਨਾਂ ਦੇ ਹੇਠ ਇਹ FIR ਰਜਿਸਟਰ ਕੀਤੀ ਗਈ ਹੈ। ਕੌਣ ਲੋਕ ਨੇ ਜਿਨ੍ਹਾਂ ਦੇ ਉੱਤੇ FIR ਜਿਹੜੀ ਦਰਜ ਕੀਤੀ ਗਈ? ਇਹ ਜੋ ਕੰਪਲੇਂਟ ਵਿੱਚ ਲਿਖਿਆ ਹੈ, ਸਿਮਰਜੀਤ ਬੈਂਸ MLA ਜੋ ਲੁਧਿਆਣਾ ਦੇ ਆਤਮਨਗਰ ਦੇ MLA ਸਾਹਿਬ ਹੈਗੇ ਆ, ਉਹਨਾਂ ਦੇ ਖਿਲਾਫ਼ ਜਾਂ ਉਹਨਾਂ ਦੇ ਹੋਰ ਸਾਥੀ ਜੋ ਹੈਗੇ ਉਹਨਾਂ ਦੇ ਖਿਲਾਫ਼ ਇਹ FIR ਰਜਿਸਟਰ ਕੀਤੀ। ਕੀ ਕਾਰਨ ਸੀ ਇਸਦਾ ਇਹ FIR ਰਜਿਸਟਰ? ਕਾਰਨ ਜੋ ਸਾਨੂੰ ਕੰਪਲੇਂਟ ਆਈ ਹੈ ਉਸ ਵਿੱਚ ਉਸੇ ਆਧਾਰ 'ਤੇ FIR ਕੀਤੀ ਗਈ। ਕੀ ਕੰਪਲੇਂਟ ਆਈ ਸੀ? ਕੰਪਲੇਂਟ ਜੋ FIR ਤੁਸੀਂ ਪੜ੍ਹ ਸਕਦੇ ਹੋ, ਜੋ ਇਹ ਸੈਕਸ਼ਨ ਨੇ ਜੋ ਉਹ ਇਹਨਾਂ ਨੇ ਆ ਕੇ ਉੱਥੇ
ਡੀ ਸੀ ਸਾਹਿਬ ਨਾਲ ਜੋ ਉੱਥੇ ਫੋਰਸਫੁਲੀ ਇਹ ਐਂਟਰ ਕੀਤੇ ਆ ਪਹਿਲਾਂ ਉੱਥੋਂ, ਅਤੇ ਫਿਰ ਡੀ ਜੋ ਹਜੂਮ ਨਾਲ ਆਏ ਆ ਇਹ, ਉਸ ਹਿਸਾਬ ਨਾਲ ਜੋ ਉੱਥੇ ਬਦਤਮੀਜ਼ੀ ਹੋਈ ਹੈ ਜਾਂ ਜੋ ਵੀ ਉੱਥੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ ਉਹਦੇ ਤਹਿਤ ਇਹ ਐੱਫ ਆਈ ਆਰ ਰਜਿਸਟਰ ਕੀਤੀ ਗਈ। ਹਜੇ ਤੱਕ ਹਜੇ ਹੁਣ ਐੱਫ ਆਈ ਆਰ ਹੋਈ ਹੈ, ਅੱਗੇ ਇਨਵੈਸਟੀਗੇਸ਼ਨ ਆਉਣ ਹੈ। ਹੁਣ ਜਾਂਦੇ ਜਾਂਦੇ ਇੱਕ ਨਜ਼ਰ ਹੈਡਲਾਈਨਸ 'ਤੇ। ਜੰਗਲਾਤ ਵਿਭਾਗ ਦੇ ਕੱਚੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਮੰਤਰੀ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ। ਰੰਜਿਸ਼ ਦੇ ਚੱਲਦਿਆਂ ਤਿੰਨ ਵਿਅਕਤੀਆਂ ਵੱਲੋਂ ਦੇਰ ਰਾਤ ਚਾਕੂਆਂ ਨਾਲ ਕੀਤਾ ਗਿਆ ਇੱਕ ਦਾ ਕਤਲ, ਆਰੋਪੀਆਂ ਖਿਲਾਫ਼ ਕੀਤਾ ਗਿਆ ਮਾਮਲਾ ਦਰਜ। ਬਟਾਲਾ ਧਮਾਕੇ ਦੇ ਪੀੜਤਾਂ ਨੂੰ ਮਿਲੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਘਟਨਾ ਸੰਬੰਧੀ ਪ੍ਰਸ਼ਾਸਨ ਨੂੰ ਠਹਿਰਾਇਆ ਜ਼ਿੰਮੇਵਾਰ। 1000 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਗ੍ਰਿਫ਼ਤਾਰ, ਨਾਲ ਹੀ ਪੁਲਿਸ ਨੇ ਆਰੋਪੀਆਂ ਖਿਲਾਫ਼ ਕੀਤਾ ਮਾਮਲਾ ਦਰਜ। ਭਿੱਖੀਵਿੰਡ ਦੇ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਦੇ ਪੋਤਰੇ ਮਨਦੀਪ ਸਿੰਘ ਦੇ ਘਰ 'ਤੇ ਹੋਈ ਫਾਇਰਿੰਗ, ਭਿੱਖੀਵਿੰਡ ਪੁਲਿਸ ਨੇ 4 ਵਿਅਕਤੀਆਂ ਸਮੇਤ 3 ਅਣਪਛਾਤੇ ਅਤੇ ਲੋਕਾਂ ਖਿਲਾਫ਼ ਕੀਤਾ ਮਾਮਲਾ ਦਰਜ। ਅਸੀਂ ਖ਼ਬਰਨਾਮਾ ਦੇ ਵਿੱਚ ਫਿਲਹਾਲ ਇਹ ਨਹੀਂ, ਹੁਣ ਮੈਨੂੰ ਦੇਵੋ ਇਜਾਜ਼ਤ, ਧੰਨਵਾਦ।